ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾ ਹੁਣ ਨਿਰਮਲ ਕਰਨੀ। ਸਾਧ ਸੰਗਤ ਕੈ ਅੰਜਲ ਲਾਵੋ, ਬਿਖਮ ਨਦੀ ਜਾਏ ਤਰਨੀ। ਸੋ ਕਹੋ ਟਲ ਗੁਰ ਸੇਵੀਐ, ਐਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੌੜੀ ਮੈਲਾ ਨੋਵਾਂ, ਮਨ ਰੇ ਕਹਾ ਪਿਓ ਤੇ ਬੋਰਾ। ਐਨਿਸ ਓਦ ਕੱਟੈ ਨਹੀਂ ਜਾਣੈ, ਪਿਓ ਲੋਭ ਸੰਗ ਹੋਰਾ। ਰਹੋ ਮਨ ਰੇ ਕਹਾ ਪਿਓ ਤੇ ਬੋਰਾ, ਐਨਿਸ ਓਦ ਕਟੈ ਨਹੀਂ ਜਾਣੈ, ਪਿਓ ਲੋਭ ਸੰਗ ਹੋਰਾ। ਰਹੋ ਜੋ ਤਨ ਤੇ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ। ਇਨ ਮੈਂ ਕਛ ਤੇਰੂ ਰੇ ਨਾਹਨ, ਦੇਖੋ ਸੋਚ ਵਿਚਾਰੀ। ਰਤਨ ਜਨਮ ਆਪਣੋ ਤੇ ਆਰਿਓ, ਗੋਬਿੰਦ ਗਤ ਨਹੀਂ ਜਾਨੀ। ਨਿਮਖ ਨਾ ਲੀਨ ਪਿਓ ਚਰਨਨ ਸਿਉਂ, ਬਿਰਤਾ ਓਦ ਸਿਰਾਨੀ। ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੈ। ਔਰ ਸਗਲ ਜਗ ਮਾਇਆ ਮੋਇਆ, ਨਿਰਪੈ ਪਦ ਨਹੀਂ ਪਾਵੈ। ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੈ। ਔਰ ਸਗਲ ਜਗ ਮਾਇਆ ਮੋਇਆ, ਨਿਰਪੈ ਪਦ ਨਹੀਂ ਪਾਵੈ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਬਾਣੀ ਦੇ ਵਿਚਾਰ ਦਾ ਆਨੰਦ ਮਾਣਦੇ ਹੋ। ਆਪ ਜੀ ਨੇ ਜੀ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਸ਼ਬਦ ਰਾਗ ਗੋੜੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 220 'ਤੇ ਸੁਭਾਇਮਾਨ ਹੈ। ਆਓ ਇਸ ਸ਼ਬਦ ਦੇ ਵਿਚਾਰ ਆਪਸ ਵਿੱਚ ਸਾਂਝੇ ਕਰੀਏ। ਇਸ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਫਤਿਹ ਗੱਜ ਕੇ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਦੀ ਪਹਿਲੀ ਪੰਕਤੀ ਹੀ ਕੇਂਦਰੀ ਭਾਵ ਵਾਲੀ ਰਾਉ ਦੀ ਪੰਕਤੀ ਹੈ। ਮਨ ਰੇ ਕਹਾ ਪਿਓ ਤੈਂ ਬੋਰਾ, ਐਨਸ ਓਦ ਘਟੈ ਨਹੀਂ ਜਾਣੈ, ਪਿਓ ਲੋਭ ਸੰਗ ਹੋਰਾ। ਗੁਰੂ ਸਾਹਿਬ ਆਪਣੇ ਮਨ ਨੂੰ ਸੰਬੰਧਿਤ ਕਰਕੇ ਇਹ ਕਹਿ ਰਹੇ ਨੇ, ਇਹ ਮਨ ਤੂੰ ਤਾਂ ਬੋਰਾ ਹੋਇਆ ਪਿਆ, ਤੂੰ ਤਾਂ ਕਮਲਾ ਹੋਇਆ ਪਿਆ ਹੈ। ਮਨ ਰੇ ਕਹਾ ਪਿਓ ਤੈਂ ਬੋਰਾ, ਤੂੰ ਕਿਉਂ ਬੋਰਾ ਹੋਇਆ ਪਿਆ ਹੈ? ਐਨਸ ਓਦ ਘਟੈ, ਦਿਨ ਰਾਤ ਤੇਰੀ ਉਮਰ ਘਟਦੀ ਜਾ ਰਹੀ ਹੈ। ਜੋ ਜੋ ਸਵਾਸ ਬੀਤ ਰਿਹਾ ਹੈ ਇਹ ਉਮਰ ਦੇ ਵਿੱਚੋਂ ਕੱਟਿਆ ਜਾ ਰਿਹਾ ਹੈ, ਉਮਰ ਘਟਦੀ ਜਾ ਰਹੀ ਹੈ। ਜਾਣਾ ਐਨਸ ਓਦ ਘਟੈ ਨਹੀਂ ਜਾਣਾ, ਪਰ ਤੂੰ ਇਹ ਗੱਲ ਨਹੀਂ ਜਾਣਦਾ ਕਿ ਤੇਰੀ ਉਮਰ ਘਟ ਰਹੀ, ਇਸ ਗੱਲ ਨੂੰ ਤੂੰ ਚੇਤ ਕੇ ਨਹੀਂ ਵਿਚਾਰਦਾ। ਪਿਓ ਲੋਭ ਸੰਗ ਹੋਰਾ, ਤੂੰ ਸੰਸਾਰੀ ਮੋਹ ਮਾਇਆ ਦੇ ਲੋਭ ਵਿੱਚ ਹੀ ਜੁੜਿਆ ਹੈ। ਹਰ ਵੇਲੇ ਤੇਰੀ ਸੁਰਤੀ ਬਿਰਤੀ ਉਧਰੀ ਹੈ। ਜਿਸ ਕੰਮ ਲਈ ਤੂੰ ਸੰਸਾਰ 'ਤੇ ਆਇਆ ਸੀ, ਪ੍ਰਭੂ ਪ੍ਰਾਪਤੀ ਲਈ, ਪ੍ਰਭੂ ਬੰਦਗੀ ਲਈ, ਉਸ ਪਾਸੇ ਤੂੰ ਬਿਲਕੁਲ ਧਿਆਨ ਨਹੀਂ ਕਰਦਾ, ਇਸ ਕਾਰਨ ਤੂੰ ਬੋਰਾ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸੰਬੋਧਨ ਕਰਕੇ ਉਸਨੂੰ ਬੋਰਾ ਕਹਿ ਰਹੇ ਨੇ, ਕਮਲਾ ਕਹਿ ਰਹੇ ਨੇ। ਪਰ ਭਾਵ ਇਸ ਤੋਂ ਇਹ ਨਹੀਂ ਹੈ ਕਿ ਗੁਰੂ ਸਾਹਿਬ ਦੇ ਆਪਣੇ ਅੰਦਰ ਕੋਈ ਕਮੀ ਸੀ। ਉਹ ਸੰਸਾਰ ਦੇ ਬੋਰੇਪਣ ਨੂੰ ਦੇਖ ਕੇ, ਸੰਸਾਰ ਦੇ ਕਮਲੇਪਣ ਨੂੰ ਦੇਖ ਕੇ ਗੁਰੂ ਸਾਹਿਬ ਆਪਣੇ ਮਨ ਨੂੰ ਸੰਬੋਧਨ ਕਰ ਰਹੇ ਨੇ। ਆਮ ਹਾਲਤਾਂ ਵਿੱਚ ਕਿਸੇ ਇਨਸਾਨ ਦਾ ਦਿਮਾਗੀ ਤਵਾਜ਼ਨ ਅਗਰ ਠੀਕ ਨਹੀਂ ਹੈ, ਐਸਾ ਉਸਦੇ ਲਈ
ਕੋਈ ਡਾਕਟਰੀ ਰਿਪੋਰਟ ਹੈ, ਮੈਡੀਕਲ ਰਿਪੋਰਟ ਹੈ ਕਿ ਦਿਮਾਗੀ ਤੌਰ 'ਤੇ ਇਨਸਾਨ ਠੀਕ ਨਹੀਂ, ਉਸਨੂੰ ਅਸੀਂ ਪਾਗਲ ਕਹਿੰਦੇ ਹਾਂ। ਜਾਂ ਕਈ ਦਫ਼ਾ ਜੋ ਪਾਗਲਾਂ ਵਾਲੀਆਂ ਹਰਕਤਾਂ ਕਰੇ, ਇਨਸਾਨੀਅਤ ਤੋਂ ਗਿਰੇ ਹੋਏ ਕੰਮ ਕਰੇ, ਸੱਭਿਆਚਾਰ ਦੇ ਉਲਟ ਅਸੱਭਿਕ ਬੋਲੀ ਬੋਲੇ, ਅਸੱਭਿਕ ਕਰਮ ਕਰੇ, ਉਸਨੂੰ ਵੀ ਲੋਕ ਕਮਲਾ, ਬੋਰਾ ਜਾਂ ਪਾਗਲ ਕਹਿੰਦੇ ਨੇ। ਪਰ ਪਾਗਲ ਲਫ਼ਜ਼ ਜਿਹੜਾ ਹੈ, ਕੁਝ ਐਸਾ ਲਫ਼ਜ਼ ਹੈ ਜਿਹੜਾ ਦਿਲ ਨੂੰ ਚੁੱਭਦਾ। ਕਿਸੇ ਨੂੰ ਪਾਗਲ ਆਖੋ, ਉਹ ਇੱਕ ਗੱਲ ਹੀ ਸਮਝ ਕੇ ਉਹ ਨਾਰਾਜ਼ ਹੁੰਦਾ ਹੈ, ਬੁਰਾ ਲੱਗਦਾ ਲਫ਼ਜ਼। ਪਰ ਉਹ ਕਮਲਿਆ, ਉਹ ਝੱਲਿਆ, ਉਹ ਬਾਂਵਰਿਆ, ਇਹ ਲਫ਼ਜ਼ ਅਸੀਂ ਆਮ ਆਪਣੇ ਸੰਬੰਧੀਆਂ ਲਈ ਵਰਤ ਲੈਂਦੇ ਹਾਂ। ਜਦੋਂ ਕੋਈ ਗਲਤ ਗੱਲ ਕਰੇ, ਅਸੀਂ ਕਹਿ ਦਿੰਦੇ ਹਾਂ ਤੂੰ ਕਮਲਿਆਂ ਵਾਲੇ ਕੰਮ ਕਰਦੇ ਹਾਂ, ਤੂੰ ਬਾਂਵਰੇ ਵਾਲੇ ਕੰਮ ਕਰਦੇ ਹਾਂ। ਤੋ ਇਹ ਲਫ਼ਜ਼ ਜਿਹੜੇ ਨੇ ਥੋੜ੍ਹੇ ਸਹਿਜ ਵਾਲੇ ਲਫ਼ਜ਼ ਨੇ, ਇਤਨੇ ਚੁੱਭਦੇ ਨਹੀਂ, ਲੇਕਿਨ ਭਾਵ ਹੀ ਹੁੰਦਾ ਪਾਗਲਾਂ ਵਾਲਾ, ਵੀ ਪਾਗਲਾਂ ਵਾਲੇ ਕੰਮ ਕਰ ਰਹੇ। ਅਤੇ ਗੁਰੂ ਸਾਹਿਬ ਨੇ ਇੱਥੇ ਸੰਸਾਰ ਦੇ ਪਾਗਲਪਣ ਨੂੰ ਦੇਖ ਕੇ, ਆਮ ਸੰਸਾਰ ਦੇ ਕਮਲੇਪਣ ਨੂੰ ਦੇਖ ਕੇ, ਆਪਣੇ ਮਨ ਨੂੰ ਸੰਬੋਧਨ ਕਰਕੇ ਮਨ ਤੋਂ ਪੁੱਛਿਆ, ਮਨ ਰੇ ਕਹਾ ਪਿਓ ਅਤੇ ਬੁਰਾ। ਇਹ ਜਿਹੜਾ ਲਫ਼ਜ਼ ਕਹਾ ਹੈ, ਕੱਕਾ ਹਾ ਕੰਨਾ, ਇਹ ਅਸੀਂ ਹਰ ਜਗ੍ਹਾ 'ਤੇ ਕਹਾਂ ਹੀ ਪੜ੍ਹਦੇ ਹਾਂ ਕੰਨੇ 'ਤੇ ਬਿੰਦੀ ਲਗਾ ਕੇ। ਹਰ ਜਗ੍ਹਾ ਇਸਨੂੰ ਕਹਾਂ ਨਹੀਂ ਪੜ੍ਹਨਾ ਚਾਹੀਦਾ। ਕਹਾਂ ਦਾ ਮਤਲਬ ਹੋ ਜਾਂਦਾ ਕਿੱਥੇ, ਅਤੇ ਕਹਾਂ ਦਾ ਮਤਲਬ ਹੋ ਗਿਆ ਕੀ ਹੋਇਆ। ਤੋ ਜਿੱਥੇ ਅਰਥ ਇਹ ਆਉਂਦੇ ਹੋਣ ਬਈ ਕਿਉਂ ਕਿਉਂ ਐਸਾ ਕਿਉਂ ਹੋ ਗਿਆ ਤੂੰ, ਜਾਂ ਐਸਾ ਕਿਉਂ ਹੈ, ਉੱਥੇ ਇਸਨੂੰ ਬਿੰਦੀ ਲਗਾ ਕੇ ਕਹਾਂ ਨਹੀਂ ਪੜ੍ਹਨਾ ਚਾਹੀਦਾ, ਕਹਾਂ ਪੜ੍ਹਨਾ ਚਾਹੀਦਾ। ਜਿਸ ਤਰ੍ਹਾਂ ਇਸ ਪੰਕਤੀ ਵਿੱਚ ਮੰਨ ਰਹੇ, ਕਹਾਂ ਪਿਓ ਅਤੇ ਬੋਰਾ, ਇਹ ਮਨ ਤੂੰ ਕਿਉਂ ਕਮਲਾ ਹੋ ਗਿਆ। ਤੋ ਮੈਂ ਇੱਕ ਵਾਰ ਬੱਸ 'ਤੇ ਸਫ਼ਰ ਕਰ ਰਿਹਾ ਸਾਂ। ਇੱਕ ਇਹੋ ਜਿਹਾ ਬੰਦਾ ਜਿਸ ਦਾ ਦਿਮਾਗੀ ਤਵਾਜ਼ਨ ਠੀਕ ਨਹੀਂ ਸੀ, ਉਹ ਆਮ ਤੌਰ ਬਾਜ਼ਾਰ ਵਿੱਚੋਂ, ਗਲੀਆਂ ਵਿੱਚੋਂ ਐਲੀਆਂ ਮੈਲੀਆਂ ਚੀਜ਼ਾਂ ਚੁੱਕ ਕੇ ਆਪਣੇ ਕੋਲ ਸਾਂਭੀ ਫਿਰਦਾ ਸੀ। ਜਿਵੇਂ ਕਿਸੇ ਨੇ ਕੋਈ ਸਿਗਰਟ ਦੀ ਡੱਬੀ ਫੈਂਕ ਦਿੱਤੀ, ਮਾਜਿਸ ਫੈਂਕ ਦਿੱਤੀ, ਉਹ ਚੁੱਕ ਕੇ ਆਪਣੇ ਕੋਲ ਸਾਂਭੀ ਬੈਠਾ ਸੀ, ਲਿਫਾਫਾ ਭਰਿਆ, ਉਹ ਉਹਨਾਂ ਚੀਜ਼ਾਂ ਨਾਲ ਖੇਡਦਾ ਸੀ, ਉਹ ਉਸਦੇ ਲਈ ਉਹੀ ਚੀਜ਼ਾਂ ਉਹਦੇ ਕੰਮ ਦੀਆਂ ਸਨ। ਅਗਰ ਕੋਈ ਉਹਦੇ ਕੋਲੋਂ ਕੋਈ ਉਹ ਚੀਜ਼ ਛੀਨੇ ਵੀ, ਹੋ ਸਕਦਾ ਉਸਨੇ ਉਹ ਛੀਨਾ ਛਾਨੀ ਵੀ ਕਰਨੀ ਸੀ, ਆਪਣੀ ਚੀਜ਼ ਮੰਗਣੀ ਸੀ ਮੁੜ ਕੇ, ਤੋ ਕਿਉਂਕਿ ਉਹਦਾ ਦਿਮਾਗੀ ਤਵਾਜ਼ਨ ਠੀਕ ਨਹੀਂ ਸੀ, ਐਲੇ ਮੈਲੇ ਕੱਪੜੇ ਪਾਏ ਬੱਸ 'ਚ ਬੈਠਾ, ਉਹਦੀ ਸੀਟ 'ਤੇ ਉਹਦੇ ਕੋਲ ਕੋਈ ਨਾ ਜਾ ਕੇ ਬੈਠਾ, ਮੈਂ ਡਰਦੇ ਸਨ ਵੀ ਹੋ ਸਕਦਾ ਕੋਈ ਤਫਾ ਮੁੱਕਾ ਕਰ ਦੇਵੇ। ਪਰ ਮੈਂ ਬੰਦੇ ਨੂੰ ਜਾਣਦਾ ਸਾਂ ਕਿ ਐਸਾ ਨਹੀਂ ਕਰਦਾ, ਕੇਵਲ ਐਲੀ ਮੈਲੀ ਚੀਜ਼ਾਂ ਚੁੱਕਦਾ। ਮੈਂ ਉਹਦੇ ਕੋਲ ਜਾ ਕੇ ਬਹਿ ਗਿਆ, ਸਾਰੀ ਬੱਸ 'ਚੋਂ ਜਿਸ ਦੀ ਉਹਦੇ 'ਤੇ ਨਿਗਾਹ ਪੈ ਰਹੀ ਸੀ, ਤਕਰੀਬਨ ਸਾਰੇ ਹੀ ਉਹਨੂੰ ਦੇਖ ਦੇਖ ਕੇ ਉਹਦੇ ਹਰਕਤ ਨੂੰ ਦੇਖ ਕੇ ਮੁਸਕਰਾ ਰਹੇ ਸਨ, ਹੱਸ ਰਹੇ ਸਨ। ਅਤੇ ਮੇਰੇ ਦਿਲ 'ਚ ਖਿਆਲ ਆਇਆ, ਅਸੀਂ ਸਾਰੇ ਲੋਕ ਇਸਨੂੰ ਕਮਲਾ ਸਮਝ ਕੇ, ਇਸਨੂੰ ਪਾਗਲ ਸਮਝ ਕੇ ਇਸਨੂੰ ਹੱਸ ਰਹੇ ਹਾਂ। ਬਾਣੀ ਦੀ ਪੰਕਤੀ ਯਾਦ ਆ ਗਈ, ਬਿਨ ਨਾਮ ਹੈ ਜਗ ਕਮਲਾ ਫਿਰੈ, ਪ੍ਰਭੂ ਦੇ ਨਾਮ ਤੋਂ ਬਿਨਾਂ ਜਗ ਜਿਹੜਾ ਕਮਲਾ ਸਾਰਾ, ਉਹ ਸਾਰਾ ਸੰਸਾਰ ਜਿਹੜਾ ਪ੍ਰਭੂ ਦੀ ਬੰਦਗੀ ਨਹੀਂ ਕਰਦਾ, ਕੇਵਲ ਦੁਨਿਆਵੀ ਕੰਮਾਂ ਧੰਦੇ 'ਚ ਫਸਿਆ, ਆਪਣੇ ਪਰਿਵਾਰ ਦੀ ਪਾਲਣਾ, ਆਪਣੇ ਘਰ ਘਾਟ ਜਿਵੇਂ ਮਕਾਨ ਆਦਿ ਦੀ ਸੰਭਾਲ ਵਿੱਚ ਹੀ ਲਗਾ ਰਹਿੰਦਾ ਦਿਹਾੜੀ ਰਾਤ, ਔਰ ਆਪਣੇ ਜ਼ਿੰਦਗੀ ਸਾਰਾ ਸਮਾਂ ਇਹਨਾਂ ਧੰਦੇ 'ਚ ਗੁਜ਼ਾਰਦਾ, ਪ੍ਰਭੂ ਦੇ ਨਾਮ ਦੀ ਪ੍ਰਾਪਤੀ ਨਹੀਂ ਕਰਦਾ, ਉਸਨੂੰ ਬਾਣੀ ਨੇ ਕਮਲਾ ਕਿਹਾ, ਬਿਨ ਨਾਮ ਹੈ, ਨਾਮ ਤੋਂ ਬਿਨਾਂ ਜਗ ਕਮਲਾ ਫਿਰ ਹੈ। ਧੰਦਾ ਕਰਦੇ ਨਿਫਲ ਜਨਮ ਗਵਾਇਆ, ਜਿਸ ਬੰਦੇ ਨੇ ਆਪਣਾ ਇਹ ਕੀਮਤੀ ਜ਼ਿੰਦਗੀ ਦਾ ਸਮਾਂ ਸਿਰਫ ਧੰਦੇ ਕਰਦੇ ਹੀ ਬਿਤਾ ਦਿੱਤਾ, ਉਹਨੂੰ ਬਾਣੀ ਕਹਿ ਰਹੀ ਹੈ ਬਿਨ ਨਾਮ ਜਗ ਕਮਲਾ ਫਿਰ। ਮੇਰਾ ਖਿਆਲ ਆਇਆ, ਅਸੀਂ ਇਸ ਇਕੱਲੇ ਨੂੰ ਕਮਲਾ ਸਮਝ ਰਹੇ ਹਾਂ, ਪਰ ਇਸ ਪੂਰੀ ਬੱਸ ਜਿੰਨੀ ਸਵਾਰੀ ਬੈਠੀ ਹੈ, ਇਹਨਾਂ 'ਚ ਸਜਾਕੇ ਕਿੰਨੇ ਕਿ ਨੇ, ਸਿਆਣੇ ਕਿੰਨੇ ਕਿ ਨੇ। ਅਗਰ ਬਾਣੀ ਅਨੁਸਾਰ ਦੇਖਿਆ ਜਾਵੇ, ਸ਼ਾਇਦ ਅਸੀਂ ਵੀ ਸਾਰੇ ਕਮਲੇ ਹੀ ਬੈਠੇ ਹਾਂ, ਵੀ ਸਾਡੇ 'ਚੋਂ ਬਹੁਤ ਘੱਟ ਨੇ ਜਿਹੜੇ ਨਾਮ ਦੀ ਪ੍ਰਾਪਤੀ ਕਰ ਚੁੱਕੇ ਨੇ, ਜਾਂ ਨਾਮ ਦੀ ਪ੍ਰਾਪਤੀ ਕਰਨ ਵਾਲੇ ਪਾਸੇ ਜਿਨ੍ਹਾਂ ਦੀ ਦੌੜ ਲੱਗੀ ਹੋਈ ਹੈ। ਆਮ ਹਾਲਤਾਂ ਵਿੱਚ ਬਾਣੀ ਨੇ ਵੀ ਕਿਹਾ, ਹੈ ਨਹੀਂ ਵਿਰਲੇ ਨਾ ਹੀ ਕਨੇ ਫੈਲ ਫਕੜ ਸੰਸਾਰ, ਬਹੁਤ ਵਿਰਲੇ ਇਨਸਾਨ ਦੁਨੀਆਂ 'ਤੇ ਹੁੰਦੇ ਨੇ ਜਿਹੜੇ ਕੋਈ ਜੀਵਨ ਦੀ ਕਮਾਈ ਕਰਦੇ ਨੇ, ਬਾਕੀ ਸਾਰਾ ਸੰਸਾਰ ਇਸ ਤਰ੍ਹਾਂ ਹੀ ਇਸ ਪਾਸੋਂ ਫਕੜੀਏ। ਜਾਂ ਕੋਟਨ ਮੈਂ ਨਾਨਕ ਕਹੂ ਨਾਰਾਇਣ ਜੀ ਚੀਤ, ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੁੰਦਾ ਜਿਹਦੇ ਹਿਰਦੇ ਵਿੱਚ ਪਰਮਾਤਮਾ ਚਿੱਤ ਵਿੱਚ ਵੱਸਦਾ, ਉਹਦਾ ਸਿਮਰਨ ਕਰਦਾ, ਬਾਕੀ ਆਪ ਸਾਰਾ ਸੰਸਾਰ ਕੰਮਾਂ ਧੰਦਿਆਂ ਵਿੱਚ ਹੀ ਫਸਿਆ। ਤੋ ਇਹਨਾਂ ਸਾਰੇ ਕੰਮਾਂ ਧੰਦਿਆਂ ਵਿੱਚ ਫਸੇ ਇਨਸਾਨ ਨੂੰ ਗੁਰੂ ਸਾਹਿਬ ਕਹਿ ਰਹੇ ਨੇ ਕਿ ਜੇ ਤੂੰ ਆਪਣੀ ਜ਼ਿੰਦਗੀ ਦਾ ਮਨੋਰਥ, ਆਪਣਾ ਏਮ ਆਫ ਲਾਈਫ, ਜੋ ਹਿਊਮਨ ਲਾਈਫ ਦਾ ਏਮ ਹੈ, ਉਹ ਪੂਰਾ ਨਹੀਂ ਕਰ ਰਿਹਾ, ਕਿ ਤੂੰ ਕਮਲਾ ਹੈ, ਤੂੰ ਬਾਂਵਰਾ ਹੈ। ਐਸੇ ਹੀ ਵਿਚਾਰ ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਦਿੱਤੇ ਨੇ। ਸ਼ਬਦ ਦੇ ਬਾਕੀ ਪੰਕਤੀਆਂ ਰਾਹੀਂ ਵੀ ਅਸੀਂ ਦ੍ਰਿੜ ਕਰਾਂਗੇ ਕਿ ਕਿਹੜੀਆਂ ਗੱਲਾਂ ਤੂੰ ਗੁਰੂ ਸਾਹਿਬ ਆਪਣੇ ਮਨ ਨੂੰ ਬਾਂਵਰਾ ਕਹਿ ਰਹੇ ਨੇ, ਸਮਝਾ ਸੰਸਾਰ ਨੂੰ ਰਹੇ ਨੇ ਵੀ ਇਹ ਕੰਮ ਜੇ ਤੁਸੀਂ ਵੀ ਇਹ ਕੁਝ ਕਰੀ ਜਾ ਰਹੇ ਹੋ ਤਾਂ ਸਾਰੇ ਕਮਲੇ ਹੋ ਭਾਈ, ਆਪਣੇ ਕਮਲੇਪਣ ਨੂੰ ਦੂਰ ਕਰੋ। ਤੋ ਬਾਣੀ 'ਚ ਜਿੱਥੇ ਇਸ ਪੰਕਤੀ 'ਚ ਆਇਆ ਕਿ ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਧੰਦੇ ਕਰਦਿਆਂ ਤੂੰ ਆਪਣਾ ਜੀਵਨ ਜਿਹੜਾ ਹੈ ਨਿਸਫਲ ਗਵਾ ਦਿੱਤਾ, ਜੀਵਨ ਦਾ ਜੋ ਫਲ ਮਿਲਣਾ ਸੀ ਉਹ ਤੂੰ ਪ੍ਰਾਪਤ ਨਹੀਂ ਕੀਤਾ, ਇਸ ਲਈ ਭਾਈ ਤੂੰ ਨਾਮ ਤੂੰ ਵਾਂਝਾ ਰਹਿ ਗਏ ਅਤੇ ਬਿਨ ਨਾਮ ਹੈ ਜਗ ਕਮਲਾ ਫਿਰ। ਰਾਮ ਭਜਨ ਕੀ ਗਤ ਨਹੀਂ ਜਾਣਿਆ, ਜਿਸ ਇਨਸਾਨ ਨੇ ਪਰਮਾਤਮਾ ਦੀ ਭਜਨ ਤੋਂ, ਬੰਦਗੀ ਤੋਂ ਜੋ ਆਤਮਕ ਅਵਸਥਾ ਬਣਦੀ ਹੈ, ਜੋ ਉੱਤੀ ਜ਼ਿੰਦਗੀ ਦੀ ਗਤ ਬਣਦੀ ਹੈ, ਜਿਸ ਨੇ ਉਹ ਨਹੀਂ ਜਾਣੀ, ਮਾਇਆ ਹਾਥ ਬਿਕਾਣਾ ਅਤੇ ਮੋਹ ਮਾਇਆ ਅਸੀਂ ਆਪਣਾ ਜੀਵਨ ਵੇਚ ਦਿੱਤਾ ਸਾਰਾ, ਉਲਝ ਰਹੇ ਹੋ ਬਿਕਿਨ ਸੰਘ ਬੋਰਾ, ਜਿਹੜਾ ਵਿਸ਼ੇ ਵਿਕਾਰਾਂ ਵਿੱਚ ਉਲਝਿਆ ਹੈ ਉਹ ਬੋਰਾ, ਮੈਨੇ ਕਮਲਾ ਬੋਰਾ, ਨਾਮ ਰਤਨ ਵਿਸਰਾਣਾ। ਜਿਸ ਇਨਸਾਨ ਨੇ ਪਰਮਾਤਮਾ ਦਾ ਕੀਮਤੀ ਰਤਨਾ ਰੂਪੀ ਨਾਮ ਨੂੰ ਭੁਲਾਇਆ ਹੋਇਆ ਅਤੇ ਕੇਵਲ ਧੰਦੇ 'ਚ ਉਲਝਿਆ ਹੈ, ਤਾਂ ਗੁਰੂ ਸਾਹਿਬ ਕਹਿੰਦੇ ਨੇ ਉਹ ਤਾਂ ਬੋਰਾ, ਜੋ ਹਲਾਲ ਸੋ ਪੀਵੈ ਬੋਰਾ, ਮਾਇਆ ਰੂਪੀ ਜ਼ਹਿਰ
ਇਸਨੂੰ ਤਾਂ ਛੱਕ ਰਿਹਾ, ਇਸਨੂੰ ਤਾਂ ਪੀ ਰਿਹਾ, ਹਲਾਲ ਤੂੰ ਮਤਲਬ ਜ਼ਹਿਰੀਲਾ ਪਦਾਰਥ ਕੋਈ ਵਿਖੇ ਰੂਪੀ ਮਾਇਆ ਨੂੰ ਜਿਹੜਾ ਛੱਕ ਰਿਹਾ। ਅੰਮ੍ਰਿਤ ਨਾਮ ਜਾਣਾ ਕਰ ਕੋਰਾ, ਜਿਸਨੂੰ ਪਰਮਾਤਮਾ ਨਾਮ ਜੋ ਅੰਮ੍ਰਿਤਮਈ ਆ, ਆਤਮਿਕ ਜ਼ਿੰਦਗੀ ਦੇਣ ਵਾਲਾ ਹੈ, ਆਤਮਿਕ ਆਨੰਦ ਦੇਣ ਵਾਲਾ ਹੈ, ਜਿਸਨੂੰ ਉਹ ਕੌੜਾ ਲੱਗਦਾ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਗਤ ਕੀ ਵਿਦ ਨੈਨੂ ਡਿੱਠੀ। ਗੁਰੂ ਸਾਹਿਬ ਕਹਿੰਦੇ ਮੈਂ ਅੱਖਾਂ ਦੇਖ ਲਿਆ ਕਿ ਨਾਸਤਿਕ ਬੰਦੇ ਦੀ ਇਹ ਹਾਲਤ ਹੈ, ਉਸਨੂੰ ਮਾਇਆ ਰੂਪੀ ਜ਼ਹਿਰ, ਵਿਸ਼ੇ ਵਿਕਾਰ ਰੂਪੀ ਜ਼ਹਿਰ, ਨਸ਼ੇ ਦੇ ਮਿੱਠੇ ਲੱਗਦੇ ਨੇ, ਪਰ ਨਾਮ ਦੀ ਗੱਲ ਕਰੋ ਤਾਂ ਬੜਾ ਚਿੜਦਾ। ਨਾਮ ਸੁਣਦ ਜਨ ਬਿਛੂ ਡਸਾਨਾ, ਨਾਮ ਦੀ ਗੱਲ ਕਰੋ ਤਾਂ ਜਿਵੇਂ ਬਿਛੂ ਡੰਗ ਮਾਰਦਾ। ਇਹ ਤਾਂ ਕਹਿੰਦੇ ਛੱਡੋ ਜੀ, ਕਿਹੜਾ ਪਾਸਾ ਲਾਇਆ ਬੈਠੇ ਹੋ, ਇਹ ਕਿਹੜੀਆਂ ਗੱਲਾਂ ਕਰਦੇ ਹੋ। ਤਾਂ ਇਨਸਾਨ ਦੀ ਇਹ ਹਾਲਤ ਹੈ ਕਿ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਜ਼ਹਿਰ ਮਿੱਠੀ ਹੈ ਪਰ ਅੰਮ੍ਰਿਤ ਕੌੜਾ ਲੱਗਦਾ। ਉਹੀ ਗੱਲ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ, ਜੋ ਅਲਾਹਲ ਸੋ ਪੀ ਦਾ ਬੋਰਾ, ਜਿਹੜੀ ਚੀਜ਼ ਇਹਦੇ ਵਾਸਤੇ ਠੀਕ ਨਹੀਂ, ਜ਼ਹਿਰੀਲੀ ਹੈ, ਉਹਦੇ ਪੀ ਰਿਹਾ। ਹੁਣ ਅੱਜ ਜਿਤਨੇ ਨਸ਼ੇ ਕਸ਼ੇ ਇਨਸਾਨ ਕਰਦਾ ਸਭ ਜ਼ਹਿਰੀਲੇ ਨੇ, ਇਨਸਾਨ ਦੀ ਸਿਹਤ ਲਈ ਬਹੁਤ ਮਾੜੇ ਨੇ, ਪਰ ਇਨਸਾਨ ਇਹਨਾਂ ਨਸ਼ਿਆਂ ਦੇ ਕਾਰਨ ਬਿਮਾਰੀਆਂ ਨੂੰ ਸੇੜ ਵੀ ਰਿਹਾ, ਪਰ ਫਿਰ ਵੀ ਉਹ ਜ਼ਹਿਰੀਲੇ ਪਦਾਰਥ ਹੀ ਛੱਕ ਰਿਹਾ। ਅੰਮ੍ਰਿਤ ਨਾਮ ਜਾਣਾ ਕਰ ਕੌਰਾ, ਅਤੇ ਅੰਮ੍ਰਿਤ ਜੋ ਮੇਰੀ ਨਾਮ ਹੈ, ਆਤਮਿਕ ਰਸ ਦੇਣ ਵਾਲਾ ਨਾਮ ਹੈ, ਉਹਨੂੰ ਕੌੜਾ ਸਮਝ ਕੇ ਰੱਦ ਕਰ ਰਿਹਾ। ਸਾਧ ਸੰਗ ਕਹਿ ਨਾ ਹੀ ਨੇਰ, ਕਦੇ ਸਾਧ ਸੰਗ ਦੇ ਨੇੜੇ ਨਹੀਂ ਟੁੱਕਦਾ, ਪੈੜੀ ਸੰਗ ਵੀ ਜਾ ਕੇ ਬੈਠ ਜਾਂਦਾ ਹੈ ਲੇਕਿਨ ਸਾਧ ਸੰਗ ਨਹੀਂ ਟੁੱਕਦਾ। ਲੱਖ 84 ਭਰਮ ਤਾਂ ਫਿਰ, ਇਸ ਵਾਸਤੇ 84 ਲੱਖ ਜੂਨਾਂ ਵਿੱਚ ਫਿਰ ਇਸ ਦੀ ਭਟਕਣਾ ਜਿਹੜੀ ਫਿਰਦੀ ਰਹਿੰਦੀ ਹੈ, ਵੱਖ ਵੱਖ ਜੂਨਾਂ ਵਿੱਚ ਜਨਮ ਲੈਂਦਾ ਰਹਿੰਦਾ। ਆਪਣੇ ਜੀਵਨ ਦਾ ਮਨੋਰਥ ਜਿਹੜਾ ਇਨਸਾਨੀ ਜ਼ਿੰਦਗੀ 'ਚ ਆ ਕੇ ਜਨਮ ਮਰਨ ਦੇ ਗੇਟ ਤੋਂ ਮੁਕਤ ਹੋ ਕੇ ਉਸ ਪ੍ਰਭੂ ਵਿੱਚ ਲੀਨ ਹੋਣਾ ਸੀ, ਉਹ ਕਮਾਈ ਕਰਦਾ ਹੀ ਨਹੀਂ ਪਿਆ। ਮਾਇਆ ਮੋਹ ਮਨ ਆਗ ਲੜਾ ਪ੍ਰਾਣੀ, ਜਰਾ ਮਰਨ ਪੋ ਵਿਸਰ ਗਿਆ। ਮਾਇਆ ਦੇ ਮੋਹ ਵਿੱਚ ਬੰਦਾ ਇਤਨਾ ਗਲਤਾਨ ਹੈ ਕਿ ਇਸਨੂੰ ਜਰਾ ਮਰਨ ਪੋ ਵਿਸਰ ਗਿਆ, ਇਹਨੂੰ ਬੁਢਾਪਾ ਭੁੱਲ ਗਿਆ ਕਿ ਮੇਰੇ ਤਾਂ ਬੁਢਾਪਾ ਹੀ ਹੋਣਾ, ਜਵਾਨੀ ਦੇ ਨਸ਼ੇ ਵਿੱਚ ਇਤਨਾ ਮਸਤ ਹੈ। ਫਿਰ ਇਸਨੂੰ ਇਹ ਪੋ ਵਿਸਰ ਗਿਆ ਕਿ ਮੈਂ ਇਸ ਸੰਸਾਰ ਤੋਂ ਚਲੇ ਜਾਣਾ, ਇਸ ਗੱਲ ਦਾ ਚੇਤਾ ਹੀ ਨਹੀਂ ਹੈ। ਕੁਟੁੰਬ ਦੇਖ ਵਿਗਸੇ ਕਮਲਾ ਜਿਉਂ, ਜਿਵੇਂ ਕੋਈ ਕਮਲਾ ਬੰਦਾ, ਜਿਵੇਂ ਉਹ ਕਮਲਾ ਮੇਰੇ ਕੋਲ ਬਸ ਬੈਠਾ ਸੀ, ਉਹ ਆਪਣੀਆਂ ਉਹ ਗੰਦੀਆਂ ਮੰਦੀਆਂ ਚੀਜ਼ਾਂ ਨੂੰ ਦੇਖ ਦੇਖ ਕੇ ਖੁਸ਼ ਹੁੰਦਾ ਸੀ, ਉਹਨੂੰ ਸਾਂਭੀ ਫਿਰਦਾ ਸੀ। ਅਸੀਂ ਵੀ ਸੰਸਾਰ ਦੇ ਉਹਨਾਂ ਪਦਾਰਥਾਂ ਪਿੱਛੇ ਕਮਲੇ ਹੋਏ ਪਏ ਹਾਂ ਜਿਨ੍ਹਾਂ ਨੇ ਸਾਥ ਨਹੀਂ ਦੇਣਾ, ਉਹਨਾਂ ਰਿਸ਼ਤਿਆਂ ਨਾਤਿਆਂ ਪਿੱਛੇ, ਰਿਸ਼ਵਤਖੋਰੀ, ਚੋਰ ਬਜ਼ਾਰੀ, ਨਜਾਇਜ਼ ਮੁਨਾਫਾਖੋਰੀ, ਅਯੋਗ ਤਰੀਕਣਾ ਮਾਇਆ ਕਮਾਉਣੀ, ਮੇਰੇ ਬੱਚੇ ਪਲ ਜਾਣ, ਮੇਰਾ ਘਰ ਕੋਟਾ ਬਣ ਜਾਏ, ਮੇਰੇ ਪਰਿਵਾਰ ਨੂੰ ਸੁੱਖ ਹੋਣ, ਸੁੱਖਾਂ ਲਈ ਕਮਲੇ ਹੋਏ ਪਏ ਹਾਂ। ਤੂੰ ਗੁਰੂ ਸਾਹਿਬ ਕਹਿੰਦੇ ਕੁਟੁੰਬ ਦੇਖ ਵਿਗਸੇ ਕਮਲਾ ਜੀ, ਆਪਣੇ ਕੁਟੁੰਬ ਨੂੰ, ਆਪਣੇ ਪਰਿਵਾਰ ਨੂੰ ਦੇਖ ਕੇ ਤੂੰ ਖੁਸ਼ ਹੁੰਦਾ ਪਿਆ ਕਿ ਮੈਂ ਇਹਨਾਂ ਲਈ ਕਮਾਈ ਕਰਦਾ ਪਿਆ, ਪਰ ਕਮਲਿਆਂ ਵਾਲੇ ਕੰਮ ਕਰਕੇ। ਪਰ ਘਰ ਜੋਹੇ ਕਪਟ ਨਾ, ਕਪਟ ਜਾ ਕੇ ਬੁਰੀ ਨੀਤ ਜਾ ਕੇ ਪਰਾਏ ਘਰਾਂ ਦਾ ਮਾਲ ਲੁੱਟੀ ਜਾ ਰਿਹਾ, ਦੂਜੇ ਦਾ ਹੱਕ ਮਾਰੀ ਜਾ ਰਿਹਾ। ਕਾਇਆ ਕਮਲੀ ਹੱਸ ਆਇਆਨਾ, ਮੇਰੀ ਮਿਰਦ ਕਰ ਬਿਹਾਨੀਤਾ। ਸਰੀਰ ਕਮਲਾ ਹੋਇਆ ਪਿਆ, ਸਰੀਰ ਉਹ ਕੰਮ ਕਰ ਰਿਹਾ, ਕਮਲੇ ਵਾਲੇ ਕੰਮ ਕਰ ਰਿਹਾ, ਪਰ ਨਹੀਂ ਆਪਣੇ। ਅੱਜ ਤੁਸੀਂ ਦੇਖ ਲਓ ਜੋ ਇਮਾਨਦਾਰ ਆ ਉਹਨੂੰ ਲੋਕ ਹੱਸਦੇ ਨੇ, ਸੋ ਜੋ ਸੱਚ ਬੋਲਦਾ ਕਹਿੰਦੇ ਨੇ ਕਿਹੜੇ ਜ਼ਮਾਨੇ ਦੀ ਗੱਲਾਂ ਕਰਦਾ, ਅੱਜ ਸੱਚ 'ਤੇ ਚੱਲ ਕੇ ਤਾਂ ਕੋਈ ਬਿਜ਼ਨਸਮੈਨ ਕੋਲ ਜਾਓ, ਕਹਿੰਦਾ ਸੱਚ ਬੋਲਿਆ ਤਾਂ ਬਿਜ਼ਨਸ ਚੱਲਦਾ ਹੀ ਨਹੀਂ ਜੀ। ਮੁਲਾਜ਼ਮ ਕਹਿੰਦਾ ਰਿਸ਼ਵਤ ਖਾਣ ਤੋਂ ਬਗੈਰ ਤਨਖਾਹ 'ਤੇ ਗੁਜ਼ਾਰਾ ਨਹੀਂ ਚੱਲਦਾ, ਅਤੇ ਜਿਹੜਾ ਇਮਾਨਦਾਰ ਹੈ ਉਹਨੂੰ ਹੱਸਦੇ ਨੇ, ਅੱਜ ਸੱਚੇ ਇਨਸਾਨ ਨੂੰ ਹੱਸਦੇ ਨੇ। ਜਿਹੜਾ ਇਨਸਾਨ ਸੰਸਾਰੀ ਚਤੁਰਾਈਆਂ ਚਲਾਕੀਆਂ ਜਾਣਦਾ, ਵੱਧ ਤੋਂ ਵੱਧ ਅਯੋਗ ਤਰੀਕਣਾ ਮਾਇਆ ਇਕੱਠੀ ਕਰਦਾ, ਬਹੁਤ ਕੁਝ ਉਹਨੇ ਕਹਿੰਦੇ ਇਸਨੇ ਬਹੁਤ ਕੁਝ ਬਣਾ ਲਿਆ ਜੀ, ਇਹਨੇ ਬਹੁਤ ਕੁਝ ਖੱਟ ਲਿਆ। ਇਨਸਾਨ ਦੀ ਮੱਤ ਹੀ ਕਮਲੀ ਹੋ ਗਈ, ਉਲਟੀ ਹੋ ਗਈ ਹੈ। ਕਾਇਆ ਕਮਲੀ ਹੱਸ ਅਯਾਨਾ, ਮੇਰੀ ਮੀਰੀ ਕਰਤ ਬਿਆਨਾ। ਜੀਵ ਆਤਮਾ ਰੂਪੀ ਹੱਸ ਅਣਜਾਣ ਰਹਿ ਗਿਆ, ਇਸਨੇ ਆਤਮਿਕ ਜੀਵਨ ਦੀ ਕਮਾਈ ਨਹੀਂ ਕੀਤੀ, ਅਤੇ ਕਾਇਆ ਕਮਲੇ ਵਾਲੇ ਕੰਮ ਕਰਦੀ ਰਹੀ, ਇਸ ਤਰ੍ਹਾਂ ਜ਼ਿੰਦਗੀ ਬੀਤ ਗਈ। ਪ੍ਰਣੁਤ ਨਾਨਕ ਨਾਗੀ ਦਾਜੈ, ਫਿਰ ਪਾਛਾ ਪਛਤਾਉਣਾ। ਨਾਨਕ ਬੇਨਤੀ ਕਰਦਾ ਹੈ ਕਿ ਇਹਨਾਂ ਸੰਸਾਰੀ ਮੋਹ ਮਾਇਆ ਦੀ ਅਗਨ ਵਿੱਚ ਇਹ ਸੜ ਰਿਹਾ ਹੈ, ਅਤੇ ਇਸ ਤਰ੍ਹਾਂ ਜ਼ਿੰਦਗੀ ਦੀ ਜਿਹੜੀ ਜ਼ਿੰਦਗੀ ਦੀ ਰਾਤ ਮੁੱਕ ਜਾਂਦੀ ਹੈ, ਅਤੇ ਫਿਰ ਪਾਛਾ ਪਛਤਾ ਨਹੀਂ, ਤਾਂ ਲਾਸਟ 'ਤੇ ਜਾ ਕੇ ਪਛਤਾਉਂਦਾ ਹੈ ਕਿ ਉਹ ਮੈਂ ਤਾਂ ਆਪਣੇ ਜੀਵਨ ਦੀ ਕਮਾਈ ਨਹੀਂ ਕਰ ਸਕਿਆ। ਦੁਰਮਤ ਮਤ ਜੋ ਪੀਵਤੇ ਵਿਖਲੀ ਮਤ ਕਮਲੀ, ਜਿਹੜੇ ਭੈੜੀ ਮਤ ਅਨੁਸਾਰ ਜ਼ਿੰਦਗੀ ਗੁਜ਼ਾਰਦੇ ਨੇ, ਭੈੜੀ ਮਤ ਦਾ ਜਿਨ੍ਹਾਂ ਨੂੰ ਨਸ਼ਾ ਆਇਆ ਰਹਿੰਦਾ, ਉਹ ਵਿਖਲੀ ਪਤ ਕਮਲੀ, ਉਹਨਾਂ ਦੀ ਮਤ ਕਮਲੀ ਹੈ, ਉਹ ਬੋਰੇ ਨੇ। ਰਾਮ ਰਸਾਇਣ ਜੋ ਰੱਤੇ ਨਾਨਕ ਸੱਚ ਅਮਲੀ, ਹੇ ਨਾਨਕ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ ਉਹ ਸੱਚੇ ਅਮਲੀ ਨੇ, ਜਿਹੜੇ ਸੰਸਾਰ ਦੇ ਹੋਰ ਅਮਲਾਂ ਵਿੱਚ ਉਲਝੇ ਪਏ ਨੇ ਉਹ ਕਮਲਿਆਂ ਵਾਂਗ ਨੇ। ਤੂੰ ਇਸ ਤਰ੍ਹਾਂ ਅਗਰ ਅਸੀਂ ਨਜ਼ਰ ਮਾਰੀਏ ਆਪਣੇ ਆਪ 'ਤੇ ਬਾਣੀ ਅਨੁਸਾਰ, ਤਾਂ ਅੱਜ ਦੇ ਬਹੁਤਾ ਸੰਸਾਰ ਫਿਰ ਕਮਲਾ ਹੀ ਹੈ, ਕਿਉਂਕਿ ਕੋਈ ਵੀ ਇਨਸਾਨ ਜਿਹੜਾ ਹੈ ਆਪਣੇ ਜੀਵਨ ਦੇ ਮਨੁੱਖ ਨੂੰ ਸਮਝਣ ਲਈ ਤਿਆਰ ਨਹੀਂ। ਬਹੁਤ ਘੱਟ ਤਾਦਾਦ ਹੈ ਅੱਜ ਦੇ ਇਨਸਾਨ ਦੀ ਕਿ ਜਿਹੜੇ ਇੱਕ ਸੁਚੱਜਾ ਜੀਵਨ ਜੀਉਣ, ਕੋਈ ਐਸਾ ਕਰਮ ਨਾ ਕਰਨ ਜਿਹੜਾ ਬਾਕੀ ਸੰਸਾਰ ਲਈ ਮਾੜਾ ਹੋਵੇ ਜਾਂ ਉਹਦੇ ਆਪਣੇ ਲਈ ਮਾੜਾ ਹੋਵੇ। ਕਮਲਾ ਭਰਮ ਪੀਤ, ਕਮਲਾ ਭਰਮ ਪੀਤ ਹੈ, ਤੀਖਣ ਮਦ ਵਿਪਰੀਤ ਹੈ, ਅਵਧ ਅਕਾਰਤ ਜਾਤ। ਇਹਨਾਂ ਮੋਹ ਮਾਇਆ ਦੇ ਨਸ਼ੇ ਵਿੱਚ ਇਨਸਾਨ ਕਮਲਾ ਹੋਇਆ ਪਿਆ, ਔਰ ਜ਼ਿੰਦਗੀ ਦੀ ਜਿਹੜੀ ਰਾਤ ਹੈ ਇਹ ਅਕਾਰਥ ਵਿਅਰਥ ਜਾ ਰਹੀ ਹੈ। ਬੁਰਾ ਕਰੇ ਸੋ ਕੇ ਹਸਿਜੈ, ਆਪਣੇ ਰੋਹੇ ਆਪੇ ਹੀ ਦੱਜੈ।
ਮਨਮੁਖ ਕਮਲਾ ਰਗੜਾ ਲੁੱਝਾ। ਮਨਮੁਖ ਬੰਦਾ ਸੰਸਾਰ ਦੇ ਨਾਲ ਝਗੜੇ ਝੇੜੇ ਪਾਈ ਬੈਠਾ, ਸੰਸਾਰੀ ਮੋਹ ਮਾਇਆ ਲਈ। ਕੋਈ ਜ਼ਮੀਨ ਦੇ ਬੰਨਿਆਂ 'ਤੇ ਲੜੀ ਜਾ ਰਿਹਾ, ਕੋਈ ਕਿਸੇ ਹੋਰ ਧਨ ਦੌਲਤ ਦੀ ਵੰਡ 'ਤੇ ਲੜੀ ਜਾ ਰਿਹਾ। ਇਨਸਾਨ ਦੁਨਿਆਵੀ ਜਿਹੜੀ ਮੋਹ ਮਾਇਆ ਜਿਹੜੀ ਨਾਲ ਨਹੀਂ ਜਾਣ ਵਾਲੀ, ਉਹਦੇ ਲਈ ਝਗੜੇ ਪਾ ਕੇ ਬੈਠਾ ਹੋਇਆ। ਗੁਰਮੁਖ ਹੋਏ ਤਾਂ ਸਭ ਕੁਛ ਸੁੱਝਿਆ। ਬੰਦਾ ਅਗਰ ਗੁਰਮੁਖ ਹੋਵੇ, ਭਾਵ ਜਿਹਦੇ 'ਚ ਕਮਲਾਪਣ ਨਹੀਂ, ਗੁਰੂ ਵਾਲੇ ਪਾਸੇ ਮੁੱਖ ਕਰਕੇ ਨਾਮ ਦੀ ਕਮਾਈ ਕਰਦਾ, ਗੁਰਮੁਖ ਹੋਏ ਤਾਂ ਸਭ ਕੁਛ ਸੁੱਝਿਆ। ਉਸਨੂੰ ਸਾਰਾ ਕੁਛ ਸੁੱਝਦਾ ਕਿ ਮੈਂ ਮੇਰੇ ਲਈ ਚੰਗਾ ਕੀ ਹੈ, ਮੇਰੇ ਲਈ ਮਾੜਾ ਕੀ ਹੈ। ਨਾਨਕ ਗੁਰੂ ਮਨ ਸੀ ਉਲੁੱਝਿਆ। ਇਹ ਨਾਨਕ ਜਿਹੜਾ ਗੁਰਮੁਖ ਬੰਦਾ, ਉਹ ਆਪਣੇ ਮਨ ਨਾਲ ਉਲੁੱਝਦਾ ਵੀ ਮੇਰਾ ਮਨ ਕੋਈ ਬੁਰੀ ਸੋਚ 'ਤੇ ਨਹੀਂ ਸੋਚ ਰਿਹਾ, ਮੇਰੇ ਮਨ ਵਿੱਚ ਵਿਕਾਰ 'ਤੇ ਨਹੀਂ ਹਾਵੀ ਹੋ ਗਏ, ਮੇਰੇ ਮਨ ਵਿੱਚ ਲੋਭ ਲਾਲਚ 'ਤੇ ਨਹੀਂ ਹਾਵੀ ਹੋ ਗਿਆ, ਮੇਰੇ ਮਨ 'ਚ ਕਿਸੇ ਲਈ ਚੁਗਲੀ ਨਿੰਦਿਆ ਕਿਸੇ ਦਾ ਬੁਰਾਪਣ ਇਹ ਮੇਰੇ ਮਨ 'ਚ ਐਸੇ ਖਿਆਲ 'ਤੇ ਨਹੀਂ ਉੱਠਦੇ। ਜੇ ਮਨ 'ਚ ਐਸੇ ਖਿਆਲ ਉੱਠਦੇ ਨੇ, ਆਪਣੇ ਮਨ ਨਾਲ ਝਗੜਾ ਕਰਕੇ ਆਪਣੇ ਅੰਦਰੋਂ ਇਹਨਾਂ ਮਨਾਂ ਨੂੰ ਵਿਕਾਰਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ। ਤੋ ਭਗਤ ਕਬੀਰ ਜੀ ਨੇ ਇਨਸਾਨ ਦੇ ਬੁਰੇਪਣ ਨੂੰ ਦੇਖ ਕੇ ਕਿਹਾ ਵੀ ਜਿਵੇਂ ਇੱਕ ਹਾਥੀ ਨੂੰ ਪਕੜਨ ਵਾਸਤੇ ਸ਼ਿਕਾਰੀ ਇੱਕ ਟੋਆ ਖੱਟ ਕੇ ਉਹਦੇ ਉੱਤੇ ਘਾਹ ਪੂ ਦੀ ਛੱਤ ਪਾ ਕੇ ਇੱਕ ਨਕਲੀ ਹੱਥਣੀ ਬਣਾ ਕੇ ਉਹਦੇ 'ਤੇ ਖੜੀ ਕਰਦਾ, ਹਾਥੀ ਕਾਮ ਦੇ ਵਸ ਵਿੱਚ ਕਮਲਾ ਹੋਇਆ ਹੋਇਆ ਆ ਕੇ ਉਸ ਹੱਥਣੀ 'ਤੇ ਜਦੋਂ ਛਲਾਂਗ ਲਗਾਉਂਦਾ, ਉਹ ਛੱਤ ਟੁੱਟ ਜਾਂਦੀ ਹੈ, ਉਹ ਖੱਡੀ ਡਿੱਗ ਜਾਂਦਾ। ਇੰਨਾ ਬਲਵਾਨ ਹਾਥੀ ਸ਼ਿਕਾਰੀ ਨੂੰ ਪਕੜ ਲੈਂਦਾ ਔਰ ਫਿਰ ਆਪਣੇ ਮਰਜ਼ੀ ਦੇ ਉਹਦੇ ਕੋਲੋਂ ਕੰਮ ਕਰਾਇਆ ਜਾਂਦਾ। ਕਾਲ ਪੂਤ ਕੀ ਹਸਤਨੀ ਮਨ ਬੋਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸਵਾਏ ਗਜ ਗਜ ਬਸ ਪਰਿਓ ਮਨ ਬੋਰਾ ਰੇ, ਨਾ ਅੰਕ ਸਿਓ ਸੀਸ। ਹੇ ਬੋਰੇ ਮਨ, ਦੇਖ ਉਸ ਹਾਥੀ ਕਮਲੇ ਦੀ ਅਵਸਥਾ ਕਿ ਉਸਨੇ ਉਸ ਨਕਲੀ ਹੱਥਣੀ ਨੂੰ ਸੱਚੀ ਹੱਥਣੀ ਸਮਝ ਕੇ ਕਾਮ ਵਾਸ਼ਨਾ ਦੀ ਪੂਰਤੀ ਲਈ ਉਸਨੇ ਛਲਾਂਗ ਲਗਾਈ ਅਤੇ ਉਹ ਖੱਡੇ ਵੀ ਡਿੱਗ ਕੇ ਪਕੜਿਆ ਗਿਆ ਔਰ ਫਿਰ ਇੱਕ ਮਹਾਵਤ ਦੇ ਅਧੀਨ ਹੋ ਕੇ ਉਸਨੂੰ ਸਿਰ 'ਤੇ ਅੰਕਸ਼ ਸਹਿਣੇ ਪਏ, ਉਹ ਲੋਹੇ ਦੀ ਸੱਟ ਸਹਿਣੀ ਪਈ। ਇਸੇ ਤਰ੍ਹਾਂ ਵਿਕੇ ਬਾਚ ਹਰ ਰਾਜ ਸਮਝ ਮਨ ਬਉਰਾ ਰੇ, ਹੇ ਕਮਲੇ ਮਨ ਇਹ ਵਿਸ਼ੇ ਵਿਕਾਰਾਂ ਤੂੰ ਬਚ, ਆਪਣੇ ਮਨ ਨੂੰ ਸਮਝ ਕੇ ਤੂੰ ਕਿਹੜੇ ਪਾਸੇ ਲੱਗਾ ਹੋਇਆ। ਨਿਰਭਾ ਹੋਏ ਨਾ ਹਰ ਭਜੇ ਮਨ ਬਉਰਾ ਰੇ, ਗੇਹੂ ਨਾ ਰਾਮ ਜਹਾਜ਼। ਜੇ ਤੂੰ ਪਰਮਾਤਮਾ ਦੇ ਨਾਮ ਦੇ ਜਹਾਜ਼ ਦੀ ਸਵਾਰੀ ਨਹੀਂ ਕਰਦਾ ਪਿਆ ਅਤੇ ਪਰਮਾਤਮਾ ਨਾਮ ਨਹੀਂ ਜਪਦਾ ਪਿਆ, ਨਿਰਭੈ ਹੋ ਕੇ ਪਰਮਾਤਮਾ ਦਾ ਭਜਨ ਨਹੀਂ ਕਰਦਾ, ਅਤੇ ਤੂੰ ਵੀ ਉਸ ਕਮਲੇ ਹਾਥੀ ਵਾਂਗ ਹੀ ਹੈ, ਤੂੰ ਵੀ ਬੋਰਾ ਹੀ ਹੈ, ਤੂੰ ਵੀ ਫਸਿਆ ਪਿਆ ਇਸ ਸੰਸਾਰ ਦੇ ਮੋਹ ਮਾਇਆ ਦੇ ਟੋਏ ਵਿੱਚ ਡਿੱਗਿਆ ਹੋਇਆ। ਇਸੇ ਤਰ੍ਹਾਂ ਇੱਕ ਬੰਦਰ ਦੀ ਮਿਸਾਲ ਦਿੱਤੀ, ਬੜਾ ਚਲਾਕ ਜਾਨਵਰ ਹੈ, ਇੱਕ ਟਹਿਣੀ ਤੋਂ ਦੂਜੀ 'ਤੇ ਇੱਕ ਮਿੰਟ 'ਚ ਛਲਾਂਗ ਮਾਰ ਕੇ ਚਲਾ ਜਾਂਦਾ, ਇਨਸਾਨ ਲਈ ਪਕੜਨਾ ਬੜਾ ਮੁਸ਼ਕਿਲ ਹੈ। ਪਰ ਸ਼ਿਕਾਰੀ ਨੇ ਉਹਦੇ ਲਈ ਕਿਹੜੀ ਮਾਇਆ ਵਰਤਾਈ ਕਿ ਉਸ ਬਾਂਦਰ ਨੂੰ ਪਕੜਨ ਦੇ ਲਈ ਇੱਕ ਟੋਏ ਵਿੱਚ ਇੱਕ ਛੋਟਾ ਜਿਹਾ ਬਰਤਨ ਦੱਬ ਕੇ ਉਹਦੇ ਵਿੱਚ ਕੁਝ ਅਨਾਜ ਪਾ ਦਿੱਤਾ, ਚਨੇ ਆਦਿ ਪਾ ਦਿੱਤੇ ਜਿੱਥੇ ਕਿਤੇ ਬਾਂਦਰ ਬੈਠੇ ਸਨ, ਆਪੇ ਉਹਲੇ ਹੋ ਕੇ ਬਹਿ ਗਿਆ। ਬਾਂਦਰ ਖਾਣ ਦਾ ਪਦਾਰਥ ਆਪਣਾ ਲੈਣ ਲਈ ਉਸ ਟੋਏ ਵਿੱਚ ਦੱਬੇ ਹੋਏ ਉਸ ਬਰਤਨ ਜਾ ਕੇ ਹੱਥ ਪਾਉਂਦਾ, ਬਰਤਨ ਦਾ ਮੂੰਹ ਸੋੜਾ ਹੁੰਦਾ, ਜਦੋਂ ਮੁੱਠ ਭਰਦਾ ਅਤੇ ਮੁੱਠ ਖਿੱਚਦਾ, ਮੁੱਠ ਨਿਕਲਦੀ ਨਹੀਂ ਕਿਉਂਕਿ ਅੰਦਰ ਖਾਲੀ ਮੁੱਠ ਚਲੀ ਗਈ, ਭਰੀ ਮੁੜ ਮੁੜ ਕੇ ਬਾਹਰ ਨਹੀਂ ਨਿਕਲਦੀ, ਮੂੰਹ ਉਹਦਾ ਤੰਗ ਹੈ ਬਰਤਨ ਦਾ। ਅਤੇ ਉੱਧਰੋਂ ਸ਼ਿਕਾਰੀ ਦੇਖ ਰਿਹਾ ਕਿ ਫਸ ਗਿਆ, ਉਹ ਦੌੜਦਾ ਪਕੜਨ ਵਾਸਤੇ, ਬੰਦਰ ਮੁੱਠੀ ਛੱਡ ਕੇ ਨੜ ਸਕਦਾ ਲੇਕਿਨ ਇੱਕ ਮੁੱਠੀ ਅਨਾਜ ਲਈ ਉਹ ਉਸਨੂੰ ਟੱਕਰ ਜਾਂਦੀ ਹੈ ਮਾਇਆ ਬਣ ਕੇ ਅਤੇ ਉਹ ਕਮਲਾ ਹੋਇਆ ਫੜ ਜਾਂਦਾ, ਫਿਰ ਉਹ ਬਾਂਦਰ ਨੂੰ ਨਚਾਈ ਫਿਰਦਾ। ਉਹ ਸ਼ਿਕਾਰੀ ਜਿਹੜਾ ਕਲੰਦਰ ਜਿਸਨੂੰ ਕਹਿੰਦੇ ਨੇ, ਉਹ ਬੰਦਰ ਨੂੰ ਨਚਾਈ ਫਿਰਦਾ। ਤੋ ਮਰਕਟ ਮੁਸ਼ਤੀ ਅਨਾਜ ਕੇ ਮਨ ਬਹੁਰਾ ਰੇ, ਲੀਨੀ ਹੱਥ ਪਸਾਰ, ਛੁੱਟਣ ਕੋ ਸਹਿਸਾ ਭਰਿਆ ਮਨ ਬਹੁਰਾ ਰੇ, ਨਾਚਿਓ ਕਰ ਕਰ ਬਾਰ। ਛੁੱਟਣ ਦਾ ਬੜਾ ਸਮਾਂ, ਸ਼ਿਕਾਰੀ ਬੜੇ ਦੂਰ ਜਾ ਕੇ ਛੁਪਿਆ ਹੋਇਆ, ਜਿਤਨੀ ਦੇਰੀ ਉਹ ਪੁੱਜਦਾ ਉਹ ਤਾਂ ਇੱਕ ਮਿੰਟ ਹੀ ਮੁੜ ਛੱਡ ਕੇ ਨੜ ਸਕਦਾ ਸੀ, ਲੇਕਿਨ ਨਹੀਂ, ਉਸ ਮੋਹ ਮਾਇਆ ਦੇ ਬੰਧਨ ਵਿੱਚ ਫਸਿਆ ਹੋਇਆ, ਉਸ ਛੋਟੇ ਜਿਹੇ ਅਨਾਜ ਦੀ ਲਾਲਚ ਵਿੱਚ ਉਹ ਆਪਣੀ ਜ਼ਿੰਦਗੀ ਬਣਾ ਲੈਂਦਾ। ਇਨਸਾਨ ਵੀ ਸੰਸਾਰੀ ਇਸ ਕਿਸਮ ਦੇ ਸੁੱਖਾਂ ਲਈ ਕਦੇ ਕੋਈ ਚੀਜ਼ ਨੂੰ ਲਲਚਾਉਂਦੀ ਹੈ, ਕਦੇ ਕੋਈ ਚੀਜ਼ ਲਲਚਾਉਂਦੀ ਹੈ। ਸੰਸਾਰ ਦੀ ਚੱਕਾ ਚੂੰਦ ਵਿੱਚ ਐਸਾ ਕਮਲਾ ਹੋਇਆ ਪਿਆ ਕਿ ਉਹਦੇ ਲਈ ਆਪਣੇ ਜਿਹੜੇ ਆਤਮ ਗੁਣ ਨੇ ਉਹਨਾਂ ਨੂੰ ਗਵਾ ਕੇ ਇਨਸਾਨੀਅਤ ਤੋਂ ਗਿਰੇ ਹੋਏ ਕਰਮ ਜਿਹੜਾ ਹੈ ਉਹ ਇਨਸਾਨ ਕਰਨ ਵਿੱਚ ਲਗਾਇਆ, ਅਤੇ ਫਿਰ ਇਹ ਸਭ ਬੁਰੇ ਵਾਲੇ ਕੰਮ ਨੇ, ਗੁਰੂ ਸਾਹਿਬ ਇਸ ਨੂੰ ਬੁਰੇ ਵਾਲੇ ਕੰਮ ਸਮਝਦੇ ਨੇ। ਇਸ ਵਾਸਤੇ ਇਸ ਪਾਵਨ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਸਮਝਾਉਣ ਦਾ ਯਤਨ ਕਰਦੇ ਨੇ, ਹੇ ਇਨਸਾਨ ਤੂੰ ਆਪਣੇ 'ਤੇ ਛਾਤੀ ਮਾਰ ਕੇ ਦੇਖ, ਆਪਣੇ ਮਨ ਦੀ ਹਾਲਤ ਦੇਖ ਕਿ ਕਿਤੇ ਤੇਰਾ ਮਨ ਵੀ ਐਸਾ ਕਮਲਾ 'ਤੇ ਨਹੀਂ ਹੈ ਕਿ ਤੂੰ ਉਹਨਾਂ ਚੀਜ਼ਾਂ ਦੇ ਮੋਹ ਮਾਇਆ 'ਚ ਫਸਿਆ ਹੋਇਆ ਜਿਹੜੇ ਤੇਰੇ ਵਿੱਚ ਇਨਸਾਨੀਅਤ ਵਾਲੇ ਗੁਣ ਨੇ ਉਹਨਾਂ ਨੂੰ ਗਵਾ ਕੇ ਤੂੰ ਵਿਸ਼ੇ ਵਿਕਾਰਾਂ ਵਿੱਚ ਲੋਭ ਲਾਲਚਾਂ ਵਿੱਚ ਆਪਣੇ ਆਪ ਨੂੰ ਸੇਲ। ਅੱਜ ਤੁਸੀਂ ਦੇਖੋ, ਅੱਜ ਕਿਸੇ ਵੀ ਮਹਿਕਮੇ ਚਲੇ ਜਾਓ ਉੱਥੇ ਰਿਸ਼ਵਤਖੋਰੀ ਦਾ ਦੌਰ ਹੈ। ਕਿਸੇ ਬਿਜ਼ਨਸਮੈਨ ਕੋਲ ਚਲੇ ਜਾਓ, 200 ਦੀ ਚੀਜ਼ 600 ਬੋਲੇਗਾ। ਪਹਿਲਾਂ ਐਸਾ ਹੁੰਦਾ ਸੀ ਕਿ 10-20 ਰੁਪਏ ਦੁਕਾਨਦਾਰ ਜ਼ਿਆਦਾ ਵਧਾ ਕੇ ਬੋਲਦਾ ਸੀ ਵੀ ਚਲੋ ਗਾਹਕ ਨੇ ਛਡਾਉਣੇ ਨੇ, 10-20 ਛੱਡ ਕੇ ਆਪਣੇ ਹਿਸਾਬ ਦੀ ਚੀਜ਼ ਵੇਚ ਲਵਾਂਗੇ। ਅੱਜ 200 ਦੀ ਚੀਜ਼ ਹੋਏ 500 ਬੋਲਦਾ, 600 ਬੋਲਦਾ ਅਗਲਾ, ਤੁਸੀਂ ਕਿੰਨੇ ਹੀ ਛਡਾਓਗੇ? ਇਹ ਹੈ ਨਹੀਂ ਕਮਲੇ ਵਾਲੇ ਕੰਮ, ਤੁਸੀਂ ਅਜਵਾ ਕੇ ਦੇਖ ਲਿਓ ਕਿ ਤੁਸੀਂ ਛਡਾਉਣਾ ਸ਼ੁਰੂ ਕਰਦੇ ਹੋ। ਦੁਕਾਨ 'ਚੋਂ ਬਾਹਰ ਨਿਕਲ ਜਾਓ, ਉਸ ਚੀਜ਼ ਜਿਸ ਦਾ ਮੁੱਲ ਉਹਨੇ 400 ਪਾਇਆ, 200 'ਤੇ ਤੁਹਾਨੂੰ ਦੇਣ ਲਈ ਤਿਆਰ ਹੋ ਜਾਂਦਾ।
देखो ये कमला पानी दे की है, इतना लोभ इतनी लालच, कोई भी शोभा देख लो, मैं किसी एक शोभे की गल नहीं करता, कोई पेशा ऐसा नहीं रहा जिस पेशे में सच्चाई रह गई हो, ईमानदारी रह गई हो। क्या यह कमला पानी तो होर की है? इन्हों संसारी पदार्थों लिए असी अपने आत्म गुणा तलंजलि दे के बुराइया सेड़ बैठे हाँ। अज इसे वास्ते अगर 100 बंदा खड़ा करके पूछा जाए कि तुसी किन्ने बंदे दे एतबार कर सकते हो, जो किन्ने बंदे सच्चे ईमानदार वफादार होणगे जिहड़े किसे दा बुरा नहीं मंगदे, तो आम इंसान दे मुंह निकलेंगे जी 2-4%, आम इंसान दे मुंह लफ्ज़ निकलदे जी 2-4%, बाकी सारी दुनिया इहो जिही है। फिर असी किन्ने कमलियां ते किन्ने सजाखे हाँ, ये असी अपने आप से झात मार के देख लीए, ये कोई साड़ी अपने आप से असी नज़र मारीए, बंदे खोज दिल हर रोज़ ना फिर परेशानी मैं, अपने दिल की खोज करिए। इस वास्ते गुरु साहब ने इस शब्द राज सानू ये अपने मन को सुन करके समझाया, मन रे कहा प्यो ते बोरा, हे मन तू कितने कमला होया पिया है, बोरा होया पिया है, ऐन ओत कटा नहीं जाना है, तेरी उम्र दिन दिन घटती जा रही है पर तू इस गल जानता ही नहीं, समझदा नहीं है। प्यो लोभ संघ हो रहा, पर तू लोभ लालच में पिया हो, कमला होया पिया है, तू इस पशु अपने मन को मोड़ता ही नहीं है कि इतनी लालच करके अज हजारा लखां कमा के भी तू रजन आंदा ही नहीं है, तेरे लोभ विच कोई बंध नहीं पैंदा, ते तू कमला है। अगे कहिंदे ने भी तू कमला क्यों, ये कम क्यों करदा है? अगली पंक्ति गुरु साहब कहिंदे, जो तन ते अपनो कर मानियो अर सुंदर ग्रह नारी, जिस तन नूं तू अपना समझ बैठे कि शरीर लई मैनूं खाण दे पहनण दे होर गहने गाटे आदि सोना चांदी ये पदार्थ मेरे शरीर लई होण, इसनूं तू अपना समझ के इहदे लई कमा रहा, अर सुंदर ग्रह नारी, सोहना घर अपनी खूबसूरत स्त्री, उहदे लई मैं वध तों वध कमा के लियावां, नवें तों नवें सूट पवा सकां, नवें तों नवें गहने पवा सकां, कई गहने दे सैट बना सकां, इह जिन्हां लई तू इन्हां तू अपने समझ के लगा होया। जो तन ते अपनो कर मान्यो अर सुंदर ग्रह नारी, इनमें कछ तेरो रे नाहन देखो सोच बिचारी, असल गल है कि इन्हां च तेरा कुछ भी नहीं, ना यह शरीर तेरा है, तू शरीर च बैठा है, शरीर तेनों जिस तरह कोई कपड़े पाउंदे आ कपड़े दा सूट, वो 2-4 साल चल रहा उस तो बाद फट जाता है, असं उन्होंने परा सुट के नवा सूट पा लेंगे, इस तरह शरीर रूपी कपड़े तू कई बदल के आया, कई जूनों चू तू पटक के आया, उस जीव आत्मा जिसने अज तेरा शरीर धारण किया हुआ इसने शरीर में बदल जाना है, यह शरीर तू संसार से छड़ के जीव आत्मा तू तुर जाना है, यह भी तेरा नहीं है। इसलिए गुरु साहब जरा तन भी तू अपना जाने है, यह भी तेरा नहीं। बाकी रही अर सुंदर ग्रह नारी, घर कोठे भी छड़ के जाना पैंता, जिनी मर्जी मेहनत करके असी सोहना घर बनाया हो पर एक दिन छड़ के जाना है, खूबसूरत स्त्री होएगी वफादार स्त्री होएगी तो जितनी मर्जी जिंदगी असी वफादारी एक दूजे कर लईए, लेकिन एक टाइम ऐसा आएगा कि सानू एक दूजे का साथ छड़ना पैना, उस टाइम ना बीवी पति नूं छड़ा सकती ना पति बीवी नूं छड़ा सकता है। इस वजह ये जिहड़ी मोह माया है इस झूठी पिछे तू इन्हां लई घर कोठे लई बीवी बच्चे लई अपने शरीर लई तू ये बुरा होया, नजायज़ कमाइयां कर रहे हैं, गलत काम कर रहे हैं, माया पिछे पिया होए हैं, तो जीवन का मूर्ति पुल बैठा है, इसलिए भाई तू बुरे वाले काम कर रहे हैं, ये कमले वाले काम कर रहे हैं। रतन जन्म अपनो तिहारे हो, बड़ा कीमती जन्म तेनों मिलिया सी, शरीर इंसानी जीवन नूं बड़ा कीमती क्यों किया, क्योंकि होर जिहड़े जीव ने जानवर इन्हां नूं बुद्धि मिली है पर इतनी विकसित बुद्धि नहीं मिली कि वह कोई नाम जप सकन, परमात्मा की पछाण कर सकन, अपने आपे की पछाण कर सकन, इन्नी बुद्धि नहीं। इंसान नूं एक विशेष बुद्धि ऐसी मिली, ऐसी अकल मिली है कि अपने आप नूं पछाण सकदा, मन तू जोत स्वरूप है, अपना मूल ये अपने मूल की पहचान कर सकता है, ये किस प्रभु का अंश है, किस प्रभु की जोत है, इस शरीर में बैठी आत्म जोत उस परम ज्योति ला सकता है, इसमें असी आत्मा कहते हैं, इसका सोमो परम आत्मा उसके लीन कर सकता है, ये काम जानवर नहीं कर सकते, पंछी नहीं कर सकते, कीड़े मकोड़े नहीं कर सकते, दुनिया की होर कोई भी जून ये नाम नहीं जप सकती, इतनी अपनी अवस्था जी उची नहीं कर सकती, एक अपनी इंसान कर सकता है, इसलिए इसनों अमूला जीवन कह रतन जन्म, रत्ना वर्गा कीमती जन्म, ते हारे हो तू हार गए गोबिंद गत नहीं जाने, परमात्मा की बंदगी चू तेरी जी उची आत्मक अवस्था बननी सी, तेरी उची गति होनी सी, असी की सोचते हैं बंदा मर गया ये पिछे क्रियाकर्म करो दी गति होनी चाहिए, असी मरण बाद उसकी गत लौटते हाँ, तो गुरु साहब कह रहे तू जीवदी तेरी गत बन सकती सी इन्नी उची कि तू रब का रूप हो जाता, तू आत्मा परमात्मा आत्मा परात्मा एको कर अंतर की दुर्द अंतर मरै, तू तो परमात्मा वर्गा बन सकता सें, जिवें साढ़े गुरु साहब सन वाहिगुरु विच लीन, वह भगत प्रभु विच लीन रब दा ही रूप सन, लोग उन्होंने उतना ही माण सत्कार देते सन जितना कोई परमात्मा नूं देवे, क्योंकि उन्होंने अपनी अवस्था अपनी गत इन्नी उची कर ली सी। पर इत्थे गुरु तेग बहादुर साहब समझा रहे हैं
कि रतन जन्म अपनो ते हारियो गोबिंद कद नहीं जानी। तू तो परमात्मा के मिलाप वाली अवस्था की जी उची अवस्था बनती है, उची आत्मगत बनती है, वह तू तो जानी नहीं। तू तो मोह माया में अपनी आत्म अवस्था इन्नी गिरा चुके हैं, तेनू कोई चोर कह सकता है, ठग कह सकता है, रिश्वतखोर कह सकता है, पर तेनू कोई उच्ची आत्मा नहीं कह सकता। अपनी गत तू इन्नी गिरा दिती है। निमक न लीन प्यो चरण सियूं बिरता ओद सिरा ने, एक निमक भी प्रभु के चरणों में सुरती नहीं जुड़ी, इस कारण अपनी अवस्था तू इतनी गिरा दिती है। हवा नहीं तू वाली जिंदगी जीव रहे इंसान होके, बिरता ओद सिरा ने सारी उम्र जी व्यर्थ ही गुजार दी, व्यर्थ कमां विच जिहड़े तेरे नाल नहीं निभण वाले, रिश्ते नाते नाल निभण वाले नहीं। अज अव्वल तो जीवंदे ही साडे रिश्ते नाते साडे नाल बेवफाई कर जांदे ने। माँ बाप बड़ी मेहनत नाल औलाद नूं पालदे ने, वड्डी होके वह औलाद अज के जमाने तुसीं देखो बड़ी घट औलाद है जिहड़ी अपने माता पिता की कदर करदी, उहदी सेवा करदी है। वह जदों अपने कमाण लग पैंदे ने, अपनी बीवी बच्चे नूं लैके किनारे हो जांदे ने, वह बजुर्ग तरसते रहिंदे ने उहनां दी सेवा लई, उहनां दी मदद लई। लेकिन नहीं, कुछ रिश्ते तो जीवंदे ही बेवफा निकल जांदे ने, तो जे जीवन कोई व्यवहार ना भी हो जो शरीर त्यागना तो फिर कोई रिश्ता छुड़ा नहीं सकता। इस वास्ते संसार हर हालत में इंसान लिए झूठा ही झूठा है। संसार लिए अपना धर्म गवाना इसका मतलब ये भी नहीं कि असं बीवी बच्चे ना प्यार ना करिए, अपने घर कोठे ना मनाइए, ये सब कुछ इंसान की जरूरत है। लेकिन इन्होंने अपना आत्म जीवन गवा के ओगन सेड़ के बुराइया करके ये चीज़ा कमाया, ये इंसान लिए लाभदायक नहीं हैं। ऐसे इंसान को गुरु साहब इस शब्द संबोधन करते हैं कि इन्होंने निकमिया कामों में उन्होंने चीज़ों में जड़ियाँ तेरा साथ नहीं देंदियाँ, तू उन्होंने ही लीन रहे हैं, परमात्मा नाम लीन नहीं रहा। इसलिए निमक ना लीन प्यो चरण सियों बिरथा ओद सिरा ने, अपनी उम्र व्यर्थ गुजार दी है। कहो नानक सोई नर सुखिया राम नाम गुण गावै, तू ऐसा किया क्यों, ये धन दुल क्यों इतनी कमाई गलत तरीके सुख हो, सुख के हेत बहुत दुख पावत, इन्ने तू दुख सेड़े, इन्नी दौड़ भज इन्नी मेहनत की कद ले भी सुख होए, सुख के हेत सुखा नाल प्यार सी इस वास्ते, सुख के हेत बहुत दुख पावत, बड़े दुख तू चले, इतने दुख सुखा लिए चले, भाई ये सारा समान मनु सुख देगा। लेकिन होया कि तू इन्ना कमा पिछे भटक भटक के इस माया नु कट्टी करन पिछे इतने दुख चले कि वह तेरे लिए जो सुखा के साधन सन वह दुखा के बन गए। सुख के हेत बहुत दुख पावत सेव कर जन जन की द्वारे द्वार सवाण जो डोलत ना सुध राम भजन की। सवाण कहते हैं कुत्ते नूं, जिवें दर दर ते कुत्ता भटकदा है, इस तरह इंसान तू अपनी हालत कर दिती कि दर दर ते तू भटक रहे माया पिछे और सुख लई कमा रहा से वही दुख का कारण बन गई। आम इंसान सोचता भी धन दौलत हो, बहुत धन दौलत हो, सब संसार के पदार्थ हों सुख होगा, पर गुरु साहब ने कहा जो सुख को चाहे सदा शरण राम की ले। सुख ना ही बहुता तन खाटे, सुख ना ही पेखे नृत नाटे, सुख ना ही बहुत देश कमाए, सर्व सुखा हर हर गुण गाए। तो लास्ट गुरु साहब कह रहे हैं को नानक सोई नर सुखिया, असल वो इंसान सुखी है राम नाम गुण गावै, जो परमात्मा के गुण गाँवदा। गुण गाँव तो मतलब रब्बी गुणा की पहचान करके अपने विचों वह गुण जड़े उन्होंने जगाना, तो वह गुणों अपने विचों खत्म करना। और सगल जग माया मोया निरपै पद नहीं पावै, जड़ा राम नाम गुण गाँदा वो सही सुखी जीवन गुजारदा। बाकी संसार जड़ा और सगल जग बाकी सारा संसार माया मोया निरपै पद नहीं पावै, माया के मोह में फसया होया वो निरपैता वाली वो आत्मक अवस्था नहीं प्राप्त कर सकता, जिसे किसी चीज़ का उन्होंने पै ना रहे, उन्होंने यकीन हो कि जिस परमात्मा ने पैदा किया उन्हें मेरी रोजी रोटी मैंने देनी है, गलत काम करने बगैर भी देनी है। इस वास्ते वो ऐसे काम नहीं करता जेडे काम उसके लिए दुखों के जाल बन जान। इस तरीके अपने आप को संभाल के आत्म जीवन की कमाई करता है, प्रभु नाम जपता है। आओ साध संगत जी असं भी शब्द राही अपने मन से चात मार के देखिए, अपने अंदर की खोज करिए, क्या कहते असं भी कमलियां वांगी प्रभु का नाम भुल के अपने जीवन का मनोरथ भुल के केवल धंधे में ही अपना जीवन तो नहीं गुजार रहे, इन्हें एक विचार प्रवान करने हुई भुलना गलतियों की खिमा बख्शनी। वाहेगुरु जी का खालसा वाहेगुरू जी की फतह।